पंजाब सरकार जिहड़ी आ पहलों भी ये झूठियां सोहां खा के गुटका साहब दियां बणी सी ते इन्हां ने बेशक वो झूठ वाला जिहड़ा गुरु सी इन्हां दा अली बाबा चाली चोर उहनूं लाता उहनां ने नवां अली बाबा चाली चोरां दा लभ के ते टीम सारी उहदे नाल उही है जिद्दां वह झूठियां सोहां खांदा हैगा। ये भी रोज़ टी वी ते बह के झूठ ते झूठ झूठ ते झूठ बोली जांदा। साडे जिहड़े कच्चे मुलाजम आ उहनां नूं पक्के करे, जिहड़े आ मृतक साडे कर्मचारी शहीद होए आ साडे पुराने उन्हां दे जिहड़े वारस आ कोई 250-300 बंदा वा उन्हां नूं नौकरी नहीं दे रहे। पहलों 2004 तो पहलों भी नौकरी देंदे रहे आ, 10 तो बाद भी देनी शुरू करती। आड़ा 6 साल का गैप आ, अन्नी खाए तो कुत्ती पुछे। पता नहीं ये किहड़ा इहनां दा रूल आ, किहड़ा कानून आ, इक्को बिजली बोर्ड आ, इक्को अदारा वा, इक्को पंजाब आ। उन्हां नूं नौकरियां दे नहीं रहे, बाकियां नूं दे रहे। पंजाब सरकार अज भी नौकरियां दे रही, बिजली बोर्ड भी दे रहा पर उन्हां नूं नहीं दे रहे। आपे सिस्टम जिहड़ा बिजली बोर्ड आ, जिहड़ा मैनू प्रसाद सानू गंदा CMD दित्ता आ, जिहड़ा साडा AM पांडो उत्थे भाया चोर, ये जां फिर जिहड़ी चोरां दी सरकार आ। कोई नुकसान हुंदा बिजली इंस्ट्रूमेंट जां ट्रांसफार्मर दा, ये सारी गंदी मैनेजमेंट जिम्मेवार होगी। साडे के मुलाजम दा नुकसान हुंदा, ये भी गंदी मैनेजमेंट जिम्मेवार होगी। ये कैप्टन दे सारे दे जिहड़े मुलाजमां दी खज्जल खराबी कर रहे आ, तां कि जिहड़ी नवीं सरकार आ गई आ ये जित ना जावे। ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਰਕੇ ਗੱਲ ਕਰੀਏ ਪੰਜਾਬ ਦੀ ਸਿਆਸੀ ਲਗਾਤਾਰ ਸਰਗਰਮ ਹੁੰਦੀ ਜਾ ਰਹੀ ਹੈ ਅਤੇ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬ ਦੀ ਚੰਨੀ ਸਰਕਾਰ ਲਗਾਤਾਰ ਆਏ ਦਿਨ ਵੱਡੇ ਵੱਡੇ ਫੈਸਲੇ ਅਤੇ ਵੱਡੇ ਵੱਡੇ ਫੈਸਲੇ ਲਾਗੂ ਕਰੀਏ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਵਿਧਾਨ ਸਭਾ ਚੋਣ ਨਜ਼ਦੀਕ ਹੋਣ ਕਾਰਨ ਜੋ ਸਿਆਸੀ ਪਾਰਟੀਆਂ ਆਪਣੇ ਕੰਮ ਕਰ ਰਹੀਆਂ ਨੇ ਉਹ ਕਰ ਰਹੀਆਂ ਨੇ। ਅਤੇ ਗੱਲ ਕਰੀ ਤਰਨਤਾਰਨ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਲਗਾਤਾਰ ਹੜਤਾਲ ਕੀਤੀ ਗਈ। ਅੱਜ 4 ਦਿਨ ਦੇ ਲੈ ਕੇ 4 ਦਿਨਾਂ ਦੀ ਹੜਤਾਲ ਕੀਤੀ ਗਈ ਹੈ ਕਿਉਂਕਿ ਜਿਹੜੀ ਕਮਿਸ਼ਨ ਲਾਗੂ ਤਨਖਾਹਾਂ ਲੈ ਕੇ ਉਹ ਲਾਗੂ ਨਹੀਂ ਕੀਤੀਆਂ ਗਈਆਂ ਅਤੇ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਮੁਲਾਜ਼ਮਾਂ ਨਾਲ ਪੂਰੇ ਨਹੀਂ ਹੁੰਦੇ ਨਜ਼ਰ ਆ ਰਹੇ। ਜੇ ਲੈ ਕੇ ਤਰਨ ਤਾਰਨ ਵਿੱਚ ਗੱਲ ਕਰੀ ਬਿਜਲੀ ਮੋਲ ਦੇ ਤਮਾਮ ਮੁਲਾਜ਼ਮਾਂ ਨੇ ਅੱਜ ਹੜਤਾਲ ਕੀਤੀ, ਉਹ ਕਿਉਂ ਹੜਤਾਲ ਕੀਤੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਨਮਸਕਾਰ ਸਰ ਜੀ। ਇਹ ਵੇਖੋ ਜੀ, ਪੰਜਾਬ ਸਰਕਾਰ ਜਿਹੜੀ ਆ ਪਹਿਲਾਂ ਵੀ ਇਹ ਝੂਠੀਆਂ ਸੋਹਾਂ ਖਾ ਕੇ ਗੁਟਕਾ ਸਾਹਿਬ ਦੀਆਂ ਬਣੀ ਸੀ ਅਤੇ ਇਹਨਾਂ ਨੇ ਬੇਸ਼ੱਕ ਉਹ ਝੂਠ ਵਾਲਾ ਜਿਹੜਾ ਗੁਰੂ ਸੀ ਇਹਨਾਂ ਦਾ ਅਲੀ ਬਾਬਾ ਚਾਲੀ ਚੋਰ ਉਹਨੂੰ ਲਾਤਾ, ਉਹਨਾਂ ਨੇ ਨਵਾਂ ਅਲੀ ਬਾਬਾ ਚਾਲੀ ਚੋਰਾਂ ਦਾ ਲੱਭ ਕੇ ਅਤੇ ਟੀਮ ਸਾਰੀ ਉਹਦੇ ਨਾਲ ਉਹੀ ਹੈ ਜਿੱਦਾਂ ਉਹ ਝੂਠੀਆਂ ਸੋਹਾਂ ਖਾਂਦਾ ਹੈਗਾ। ਇਹ ਵੀ ਰੋਜ਼ ਟੀ ਵੀ 'ਤੇ ਬਹਿ ਕੇ ਝੂਠ 'ਤੇ ਝੂਠ ਝੂਠ 'ਤੇ ਝੂਠ ਬੋਲੀ ਜਾਂਦਾ, ਰਾਤ ਨੂੰ ਖਬਰ ਆ ਜਾਂਦੀ ਮੁਲਾਜ਼ਮਾਂ ਨੂੰ ਆਹ ਮਿਲ ਗਿਆ, ਦਿਨੇ ਆਣ ਕੇ ਦਫ਼ਤਰਾਂ 'ਚ ਪੁੱਛੀਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਛ ਵੀ ਨਹੀਂ ਹੁੰਦਾ। ਇਹ ਜਿਹੜੇ ਸਾਡਾ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਥਰੂ ਆਊਟ ਪੰਜਾਬ ਇੱਕ ਪ੍ਰੋਟੈਸਟ ਜਿਹੜਾ ਚੱਲ ਰਿਹਾ, ਧਰਨੇ ਚੱਲ ਰਹੇ ਆ। ਇਹ 17-18 ਪਹਿਲਾਂ 15-16 ਦੀ ਅਸੀਂ 2 ਦਿਨ ਦੀ ਸਮੂਹ ਛੁੱਟੀ ਜਿਹੜੀ ਆ ਅਚਨਚੇ ਛੁੱਟੀ ਮੁਲਾਜ਼ਮਾਂ ਸਾਰਿਆਂ ਨੇ ਦਿੱਤੀ ਸੀਗੀ ਤਾਂ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੀਆਂ ਜਿਹੜਾ ਪੇ ਕਮਿਸ਼ਨ ਆ ਉਹਦੀ ਰਿਪੋਰਟ ਲਾਗੂ ਕਰੇ, DA ਦੀਆਂ ਕਿਸ਼ਤਾਂ ਦੇਵੇ, ਸਾਡਾ ਪੇ ਬੈਂਡ ਦੇਵੇ, ਸਾਡੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਬਹਾਲ ਕਰੇ, ਸਾਡੇ ਜਿਹੜੇ ਹੈਲਥ ਸਕੀਮ ਸੀ ਸਾਡੀ ਬੰਦ ਕੀਤੀ ਉਹ ਚਾਲੂ ਕਰੇ, ਸਾਡੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕੇ ਕਰੇ, ਜਿਹੜੇ ਆ ਮ੍ਰਿਤਕ ਸਾਡੇ ਕਰਮਚਾਰੀ ਸ਼ਹੀਦ ਹੋਏ ਆ ਸਾਡੇ ਪੁਰਾਣੇ ਉਹਨਾਂ ਦੇ ਜਿਹੜੇ ਵਾਰਸ ਆ ਕੋਈ 250-300 ਬੰਦਾ ਵਾ ਉਹਨਾਂ ਨੂੰ ਨੌਕਰੀ ਨਹੀਂ ਦੇ ਰਹੇ। ਪਹਿਲਾਂ 2004 ਤੋਂ ਪਹਿਲਾਂ ਵੀ ਨੌਕਰੀ ਦਿੰਦੇ ਰਹੇ ਆ, 10 ਤੋਂ ਬਾਅਦ ਵੀ ਦੇਣੀ ਸ਼ੁਰੂ ਕਰਤੀ। ਆੜਾ 6 ਸਾਲ ਦਾ ਗੈਪ ਆ, ਅੰਨੀ ਖਾਏ ਤਾਂ ਕੁੱਤੀ ਪੁੱਛੇ। ਪਤਾ ਨਹੀਂ ਇਹ ਕਿਹੜਾ ਇਹਨਾਂ ਦਾ ਰੂਲ ਆ, ਕਿਹੜਾ ਕਾਨੂੰਨ ਆ, ਇੱਕੋ ਬਿਜਲੀ ਬੋਰਡ ਆ, ਇੱਕੋ ਅਦਾਰਾ ਵਾ, ਇੱਕੋ ਪੰਜਾਬ ਆ। ਉਹਨਾਂ ਨੂੰ ਨੌਕਰੀਆਂ ਦੇ ਨਹੀਂ ਰਹੇ, ਬਾਕੀਆਂ ਨੂੰ ਦੇ ਰਹੇ। ਪੰਜਾਬ ਸਰਕਾਰ ਅੱਜ ਵੀ ਨੌਕਰੀਆਂ ਦੇ ਰਹੀ, ਬਿਜਲੀ ਬੋਰਡ ਵੀ ਦੇ ਰਿਹਾ ਪਰ ਉਹਨਾਂ ਨੂੰ ਨਹੀਂ ਦੇ ਰਹੇ। ਪੁਰਾਣੀ ਪੈਨਸ਼ਨ ਸਕੀਮ ਸੀ ਜਿਹੜੀ ਉਹ ਵੀ ਇਹਨਾਂ ਨੇ ਬਹਾਲ ਕਰਨ ਦੇ ਉੱਤੇ ਬੜਾ ਹੀ ਜ਼ੋਰ ਲਾ ਰਹੇ ਹਾਂ ਪਰ ਕੋਈ ਚੰਗਾ ਇਹਨਾਂ ਦਾ ਹੰਗਾਰਾ ਜਿਹੜਾ ਨਹੀਂ ਮਿਲਦਾ। ਸਵੇਰੇ ਮੀਟਿੰਗ ਹੁੰਦੀ ਆ, ਸ਼ਾਮ ਨੂੰ ਦੇਵਾਂਗੇ, ਸ਼ਾਮ ਨੂੰ ਆਉਂਦੇ ਕੱਲ੍ਹ ਨੋਟੀਫਿਕੇਸ਼ਨ ਜਾਰੀ ਹੋ ਜੂਗਾ। ਇੱਦਾਂ ਹੀ ਕਹਿ ਲਓ ਵੀ ਮੁੰਡੇ ਦੇ ਕੇ ਇਹਨਾਂ ਨੇ 4.5 ਸਾਲ ਲੰਘਾਤੇ ਆ। ਹੁਣ ਮੁਲਾਜ਼ਮਾਂ ਦੇ ਵਿੱਚ ਇੰਨਾ ਕੁ ਰੋਸ ਆ ਕਿ ਕੱਲ੍ਹ ਪਟਿਆਲੇ ਆ ਗੁਰਭੇਜ ਸਿੰਘ ਢਿੱਲੋਂ ਸਾਡੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਇੰਪਲਾਈ ਫੈਡਰੇਸ਼ਨ ਦੇ ਆ ਮੇਜਰ ਸਿੰਘ ਸਰਕਲ ਪ੍ਰਧਾਨ ਸੀ, ਇੱਥੇ ਇਹਨਾਂ ਨੇ ਮੋਰਚਾ ਇੱਥੇ ਸਾਂਭਿਆ ਸੀ ਸਰਕਲ ਦੇ ਵਿੱਚ। ਸਾਡੇ ਜਿੰਨੇ ਵੀ ਦੂਜੀਆਂ ਜਥੇਬੰਦੀਆਂ ਸਾਥੀ ਸੀਗੀਆਂ ਸਾਰਿਆਂ ਨੇ ਇੱਦਾਂ ਹੀ ਵੱਖ ਵੱਖ ਸਰਕਲਾਂ ਦੇ ਧਰਨੇ ਮੁਜ਼ਾਹਰੇ ਚੱਲ ਰਹੇ ਸੀ। ਅਸੀਂ ਨਾਲ ਇਹਨਾਂ ਦੇ ਢਿੱਲੋਂ ਸਾਹਿਬ ਦੇ ਉੱਥੇ ਗਏ, ਬਿਜਲੀ ਬੋਰਡ ਦੇ ਜਿਹੜੇ 4 ਗੇਟ ਸੀਗੇ ਬਿਲਕੁਲ 100% ਉੱਥੇ ਕਹਿ ਲਓ ਵੀ ਘੱਟੋ ਘੱਟ 1.5-2 ਹਜ਼ਾਰ ਬੰਦੇ ਦਾ ਕੱਟ ਸੀਗਾ। ਨੱਕ 'ਚ ਦਮ ਕਰਤਾ, 7 ਵਜੇ ਤੋਂ ਗੇਟ ਬੰਦ ਸੀਗੇ, ਨਾ ਕਿਸੇ ਨੂੰ ਅੰਦਰ ਜਾਣ ਦਿੱਤਾ, ਨਾ ਕਿਸੇ ਨੂੰ ਬਾਹਰ ਆਉਣ ਦਿੱਤਾ। ਸਾਡੀ ਹੜਤਾਲ ਤੁਸੀਂ ਸ਼ੁਰੂ ਕੀਤੀ ਅੱਜ 15-16 ਤਰੀਕ ਨੂੰ, ਅੱਜ ਹੜਤਾਲ ਸ਼ੁਰੂ ਕੀਤੀ ਹੈ, ਇੱਕ ਕਿੰਨੇ ਦਿਨ ਅੰਦਰ ਹੜਤਾਲ ਸ਼ੁਰੂ ਕੀਤੀ? ਇਹ ਹੜਤਾਲ ਨਹੀਂ ਜੀ, ਅਸੀਂ 15-16 ਦੀਆਂ ਫੈਸਲਾ ਕੀਤਾ ਸੀ ਵੀ ਸਾਰੇ ਮੁਲਾਜ਼ਮ ਜਿਹੜੇ ਆ ਉਹ ਛੁੱਟੀਆਂ ਦੇਣਗੇ, ਕੋਈ ਕੰਮ ਨਹੀਂ। ਜਦੋਂ ਛੁੱਟੀਆਂ ਦੇ ਦਿੱਤੀਆਂ ਇਹਨਾਂ ਵੱਲੋਂ ਨੋ ਵਰਕ ਰਹਿ ਗਿਆ। ਆਪੇ ਸਿਸਟਮ ਜਿਹੜਾ ਬਿਜਲੀ ਬੋਰਡ ਆ, ਜਿਹੜਾ ਮੈਨੂ ਪ੍ਰਸ਼ਾਦ ਸਾਨੂੰ ਗੰਦਾ CMD ਦਿੱਤਾ ਆ, ਜਿਹੜਾ ਸਾਡਾ AM ਪਾਂਡੋ ਉੱਥੇ ਭਾਇਆ ਚੋਰ, ਇਹ ਜਾਂ ਫਿਰ ਜਿਹੜੀ ਚੋਰਾਂ ਦੀ ਸਰਕਾਰ ਆ, ਇਹ ਆਪਣਾ ਸਿਸਟਮ ਚਲਾਉਣ ਜਿੱਦਾਂ ਚਲਾਉਣਾ, ਜਾਂ ਬਿਜਲੀ ਘਰ ਚਲਾਉਣ ਜਿੱਦਾਂ ਇਹਨਾਂ ਨੇ ਚਲਾਉਣੇ ਆ, ਲੈਣਾ ਬੰਦ ਹੁੰਦੀਆਂ ਚਲਾਉਣ। ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਕਿੰਨੀਆਂ ਲੈਣਾ ਬੰਦ ਹੋ ਚੁੱਕੀਆਂ। ਸਾਡੇ ਕੋਲ ਤਾਂ ਬੜੀਆਂ ਰਿਪੋਰਟਾਂ, ਕਈ ਸਟੇਸ਼ਨ ਹੀ ਬੰਦ ਹੋਏ ਪਏ ਆ, ਬੜੀ ਥਾਂ ਬਿਜਲੀ ਜਿੱਦਾਂ ਦੀ ਬੰਦ ਆ ਜੇ ਕੋਈ 1 ਫੀਟਰ ਬੰਦ, 2 ਬੰਦ, 4 ਬੰਦ, ਕੋਈ ਕਰਮਚਾਰੀ ਜਦੋਂ ਹੈ ਨਹੀਂ ਗਾ, ਜੇ ਕੋਈ ਇੱਕਾ ਦੁੱਕਾ ਹੈਗੇ ਵੀ ਆ ਤਾਂ ਕਿਹੜਾ ਬੰਦਾ ਜਾ ਕੇ ਡਿੱਗੇ ਪੋਲ ਨੂੰ ਖੜਾ ਕਰ ਲੂਗਾ। ਇਹ ਆਪੇ ਸਿਸਟਮ ਨੂੰ ਚਲਾਉਣ ਨਾ ਚਲਾਉਣ, ਪਹਿਲਾਂ ਅਸੀਂ 2 ਦਿਨ ਦੀ ਕਾਲ ਦਿੱਤੀ ਸੀ ਪਰ ਕੱਲ੍ਹ ਹੀ ਉੱਥੇ ਚੱਲਦਾ ਧਰਨਾ ਜਦੋਂ ਸਮਾਪਤ ਹੋਇਆ ਪਟਿਆਲੇ 'ਚ ਹੈੱਡ ਹਾਊਸ 'ਤੇ,
ਉਦੋਂ ਹੀ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਸਾਂਝਾ ਫਰੰਟ ਦੇ ਅੰਡਰ ਜਿਹੜਾ ਘੋਲ ਲੜਿਆ ਜਾ ਰਿਹਾ ਸਾਡਾ ਮੁਲਾਜ਼ਮ ਫਰੰਟ ਉਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਉਹਨਾਂ ਫੈਸਲਾ ਦੇ ਦਿੱਤਾ ਕਿ ਇਹ ਜਿਹੜਾ ਸਾਡਾ ਰੋਸ ਹੈ ਜਿਹੜਾ ਸਾਡੀ ਅਚਨਚੇਤ ਛੁੱਟੀ ਦੀ ਸਕੀਮ ਆ ਇਹ 17 ਤੇ 18 ਨੂੰ ਵੀ ਜਾਰੀ ਰਹੂਗੀ। ਨਾਲ ਹੀ ਉਸ ਦਬਾਅ ਦੇ ਤਹਿਤ ਅੱਜ ਬਿਜਲੀ ਬੋਰਡ ਨੇ ਸਾਂਝੇ ਮੁਲਾਜ਼ਮ ਫਰੰਟ ਦੇ ਸਾਥੀਆਂ ਸਾਡੇ ਲੀਡਰਸ਼ਿਪ ਨੂੰ 1 ਵਜੇ ਉਹਨਾਂ ਨੇ ਮਾਦੀ ਉੱਥੇ ਸੱਦਿਆ। ਆਸ ਕਰਦੇ ਹਾਂ ਕਿ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਇਹਨਾਂ ਮਨਮਤੀਆਂ ਦੀ ਮੱਤ ਨੂੰ ਕਿਤੇ ਪਰਮਾਤਮਾ ਨੇ ਸਮੱਤ ਦੇ ਦਿੱਤੀ ਹੋਵੇ ਅਤੇ ਇਹ ਜੋ ਅਸੀਂ ਚਾਹੁੰਦੇ ਹਾਂ ਜਿਹੜੇ ਇਹਨੇ ਅੱਜ ਤੋਂ 6 ਮਹੀਨਿਆਂ ਤੋਂ 6ਵੇਂ ਮਹੀਨੇ ਤੋਂ ਲਾਰੇ 'ਤੇ ਲਾਰਾ ਮੰਨ ਕੇ ਮੰਨ ਗਿਆ ਚੇਅਰਮੈਨ, ਤਵਾੜੀ ਮੰਨ ਗਿਆ ਸੈਕਟਰੀ, ਜਿਹੜਾ ਸਾਰੇ ਮੰਨ ਗਏ ਵੀ ਠੀਕ ਆ ਤੁਹਾਡੀਆਂ ਮੰਗਾਂ ਸਹੀ ਆ, ਅਸੀਂ ਸਵੇਰੇ ਤੁਹਾਨੂੰ ਸਰਕਲ ਦੇ ਦਾਂਗੇ, ਪਰ ਨਹੀਂ ਦਿੱਤਾ ਸ਼ਾਇਦ ਅੱਜ ਇਹ ਦੇ ਦੇਣ। ਜੇ ਨਾ ਦੇਣਗੇ ਤਾਂ ਅਸੀਂ ਆਲਰੇਡੀ ਅਨਾਊਂਸ ਕਰ ਚੁੱਕੇ ਹਾਂ ਇਹ ਸਾਡੀਆਂ ਛੁੱਟੀਆਂ ਇੱਦਾਂ ਹੀ ਜਿਹੜੀਆਂ 17-18 ਨੂੰ ਵੀ ਚੱਲਣਗੀਆਂ। ਅਤੇ ਮੈਂ ਤੁਹਾਨੂੰ ਅੱਜ ਹੀ ਦੱਸ ਦੇਣਾ ਜੇ ਇਹਨਾਂ 17-18 ਤੱਕ ਵੀ ਕੁਛ ਨਾ ਕੀਤਾ ਤਾਂ ਅਸੀਂ ਇਨਡੈਫੀਨੇਟ ਵੀ ਜਾ ਸਕਦੇ ਹਾਂ ਵੀ ਜਿੰਨਾ ਚਿਰ ਹੁਣ ਸਰਕਾਰ ਰਹੂਗੀ ਅਸੀਂ ਸੜਕਾਂ 'ਤੇ ਰਹਾਂਗੇ। ਲਗਾਤਾਰ ਜੇ ਹੜਤਾਲ ਦੇ ਮੁਲਾਜ਼ਮ ਬੈਠੇ ਰਹਿਣਗੇ ਅਤੇ ਲਗਾਤਾਰ ਜੇ 32 ਸ਼ਹਿਰ 'ਚ ਬੰਦ ਰਹੇ ਲੋਕਾਂ ਨੂੰ ਕਾਰੋਬਾਰ ਪ੍ਰੋਬਲਮ ਆਊਗੀ, ਫਿਰ ਇਹ ਲੋਕ ਤਾਂ ਘੁੰਮਣ ਪਿੱਛੇ ਜਾਣਗੇ। ਇਹ ਜਿਹੜੇ ਲੋਕ ਅਸੀਂ ਤਾਂ ਲੋਕਾਂ ਨੂੰ ਵੇਖੋ ਰਾਤ ਦਿਨ ਸੇਵਾ ਕਰਦੇ 24 ਘੰਟੇ, ਤੁਸੀਂ ਸ਼ਹਿਰ 'ਚ ਨਹੀਂ ਤਾਂ ਅਸੀਂ ਸ਼ਹਿਰ 'ਚ ਡਿਊਟੀਆਂ ਦਿੰਦੇ ਹਾਂ, ਅਸੀਂ 1 ਮਿੰਟ ਵੀ ਸਪਲਾਈ 24 ਘੰਟੇ ਸਾਡੇ ਸਟਾਫ ਤੋਂ ਕੰਮ ਕਰਦਾ ਵਾ, ਪਰ ਸਾਨੂੰ ਮਜਬੂਰ ਹੋ ਗਏ ਜਦੋਂ ਸਾਡੇ ਹੱਕ ਇੰਨੇ ਖੋਲ੍ਹੇ ਆ, 2011 ਤੋਂ ਸਾਨੂੰ ਪੇ ਬੈਂਡ ਦੇਣਾ ਸੀਗਾ, ਅੱਜ ਤੱਕ ਪਹਿਲੀ ਸਰਕਾਰ ਨੂੰ ਦਿੱਤਾ ਹੁਣ ਨੂੰ ਦਿੱਤਾ, ਇਸ ਕਰਕੇ ਮੁਲਾਜ਼ਮਾਂ ਦੀ ਬਹੁਤ ਸਟਰੈਂਥ ਵਾ। ਜੇ ਇਹਨਾਂ ਨੇ ਨਾ ਦਿੱਤਾ ਤਾਂ ਸਾਨੂੰ ਮਜਬੂਰ ਨੂੰ ਸਰਕਾਰ ਨੂੰ ਵੀ ਚੱਲਦਾ ਕਰਨਾ ਪੈਣਾ ਵਾ, ਔਰ ਅਸੀਂ ਆਪਣੇ ਹੱਕ ਜਿਹੜੇ ਲੈ ਕੇ ਰਹਿਣਾ ਵਾ। ਜਿਹੜਾ ਹੁਣ 11% DA ਆ, ਚੰਨੀ ਸਰਕਾਰ ਨੇ ਕਹਿਤਾ ਵੀ ਦੇ ਦਿੱਤਾ ਵਾ, ਪਰ ਉਹ ਦੇਣਾ ਕਰਤੇ ਆ ਜਦੋਂ ਸਾਡੇ ਪੇ ਬੈਂਡ ਹੀ ਨਹੀਂ ਲਾਉਂਸ ਹੋਏ, ਫਿਰ ਆ ਮੈਡੀਕਲ ਭੱਤੇ ਦਾ ਕਹੀ ਜਾਂਦੇ ਆ, ਫਿਰ ਸਾਡੇ ਮ੍ਰਿਤਕ ਵਾਰਸ ਵਾ 250-300 ਜਿਹੜਾ ਉਹ 60 ਦਿਨ ਤੋਂ ਉੱਥੇ ਹੜਤਾਲ 'ਤੇ ਬੈਠਾ ਵਾ, 36,000 ਨੌਕਰੀਆਂ ਨੇ 250-300 ਨੂੰ ਉਹਨਾਂ ਨੂੰ ਦੇ ਦੇਣਗੇ, ਕਿੰਨੀ ਕੁ ਪ੍ਰੋਬਲਮ ਆ। ਉਸ ਤੋਂ ਬਾਅਦ ਸਾਡੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੇ ਮੁਲਾਜ਼ਮਾਂ ਦੀ, ਦੱਸੋ ਇਹਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਕੰਮ ਕਰਦੇ ਆ, ਜਿੱਦਾਂ ਬਾਰਡਰ 'ਤੇ ਫੌਜਾਂ ਕੰਮ ਕਰਦੀਆਂ, ਸਾਡਾ ਵੇ ਉੱਥੇ ਦੇ ਜਦੋਂ ਗੋਲੀ ਚੱਲਣੀ ਉਦੋਂ ਆਉਣੀ ਆ, ਸਾਡਾ 24 ਘੰਟੇ ਬਿਜਲੀ ਨਾਲ ਵਾਸਤਾ ਰਹਿੰਦਾ, ਸਾਡੇ ਹਜ਼ਾਰਾਂ ਮੁਲਾਜ਼ਮ ਕਰੰਟ ਲੱਗ ਲੱਗ ਕੇ ਜਿਹੜੇ ਸ਼ਹੀਦ ਹੋ ਗਏ ਆ, ਹੁਣ ਉਹਨਾਂ ਨੂੰ ਕਿਉਂ ਨਹੀਂ ਨੌਕਰੀਆਂ ਦੇ ਰਹੇ, ਉਹ ਕੰਮ ਕਰਦੇ ਡਿਊਟੀ 'ਤੇ ਸ਼ਹੀਦ ਹੋਏ ਆ, ਇਹ ਕਿੰਨੀ ਕੁ ਵੱਡੀ ਗੱਲ ਵਾ। ਫਿਰ ਜਿਹੜਾ 3 ਸਾਲ ਦਾ ਪਰਮਿਸ਼ਨ ਰਿਪੀਟ ਕੀਤਾ ਉਹਨੂੰ ਵੀ ਅਸੀਂ ਕਹਿੰਦੇ ਬੰਦ ਕਰੋ, ਕਿਉਂਕਿ ਜਦੋਂ ਬੰਦਾ ਸਾਰੀਆਂ ਡੈਫੀਨੇਸ਼ਨਾਂ ਪੂਰੀਆਂ ਕਰਕੇ ਇਹਨਾਂ ਦਾ ਹੁੰਦਾ ਭਰਤੀ ਹੁੰਦਾ ਵਾ, ਅਤੇ ਫਿਰ ਇਹ ਕਹਿੰਦੇ 3 ਸਾਲ ਇੱਦਾਂ ਰਹੋ, ਇਹ ਵੀ ਰੂਲ ਬਹੁਤ ਮਾੜਾ ਵਾ, ਇਹਨੂੰ ਜਿਹੜਾ ਮੁਲਾਜ਼ਮ ਆਉਂਦਾ ਉਹਨੂੰ ਖਤਮ ਕਰਕੇ ਪੱਕਿਆਂ ਕਰਨਾ ਚਾਹੀਦਾ। ਇੱਕ ਮੈਂ ਹੋਰ ਅਪੀਲ ਕਰਨੀ ਚਾਹੁੰਦਾ, ਜਿਹੜੇ ਸਾਡੇ ਲਾਈਨਮੈਨਾਂ ਦਾ ITI ਕਰਕੇ ਲਾਈਨਮੈਨ ਦੇ ਰਿਜੀਬਲ ਬੰਦੇ ਆ, ਉਹਨਾਂ ਦੀ ਡੈਜੀਗਨੇਸ਼ਨ ਕਢਾ ਕੇ ਇਲਮ ਭਰਤੀ ਕੀਤੇ ਆ, ਉਹ ਪ੍ਰਥਾ ਬੋਰਡ 'ਚ ਬੰਦ ਹੋਣੀ ਚਾਹੀਦੀ ਆ। ਜਿਹੜੇ ਬੰਦੇ ਨੇ ITI ਕੀਤੀ, ਅਪ੍ਰੈਂਟਿਸਿਪ ਕੀਤੀ, ਉਹਨੂੰ ਲਾਈਨਮੈਨ ਭਰਤੀ ਕਰਕੇ ਉਹ 8-8, 9-9 ਸਾਲ ਦਾ ਗੈਪ ਪਾ ਰਹੇ ਆ, ਇੱਦਾਂ ਹੀ ਸਾਡਾ 23 ਸਾਲਾ ਸਕੇਲ ਵਾ, ਇੱਦਾਂ ਸਾਡੇ ਪੈਨਸ਼ਨ ਦੇ ਵਿੱਚ ਬੜੀਆਂ ਟੁੱਟੀਆਂ ਜਿਹੜੇ ਸਾਡੇ ਰਿਟਾਇਰ ਸਾਥੀ ਹੋਏ ਆ, ਇੱਦਾਂ ਹੀ 264 ਰਿਟਾਇਰ ਸਾਥੀ ਮੰਗ ਕਰ ਰਹੇ ਆ, ਸਰਕਾਰ ਨੇ ਬਾਕੀ ਸਾਰੇ ਡਿਪਾਰਟਮੈਂਟਾਂ ਨੂੰ ਦੇਤੀ ਆ, ਅਤੇ ਉਹਦੇ ਵਿੱਚ ਕਈ ਸਾਡੇ ਸਾਥੀ ਲੈ ਵੀ ਰਹੇ ਆ ਜਿਹੜੀਆਂ BC ਜਾਂ SC ਨਾਲ ਸੰਬੰਧਿਤ ਰੱਖਦੇ ਆ, ਥੋੜ੍ਹੇ ਜਨਰਲ ਦੇ ਕੈਟਾਗਰੀ ਦੇ ਰਹਿ ਗਏ ਆ। ਅਸੀਂ ਇਹ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਯੂਨਟਾਂ ਰੈਟ ਵੀ ਰਿਟਾਇਰੀ ਸਾਥੀਆਂ ਨੂੰ ਦਿੱਤੀਆਂ ਜਾਣ, ਇਹਨਾਂ ਦੀਆਂ ਮੰਗਾਂ ਵੀ ਮੰਨੀਆਂ ਜਾਵੇ। ਆਪਣੀਆਂ ਮੰਗਾਂ ਲਗਾਤਾਰ ਛੁੱਟੀਆਂ ਤੋਂ ਹੀ ਲੈ ਲਈਆਂ ਮੈਂ ਕੰਮ ਤੋਂ, ਅਗਰ ਤੁਹਾਡੀ ਇਹਨਾਂ ਮੰਗਾਂ ਨਹੀਂ ਮੰਨਿਆ ਜਾਂਦਾ ਤਾਂ ਲਗਾਤਾਰ ਅਗਰ ਤੁਹਾਡਾ ਕੀ ਐਕਸ਼ਨ ਲਏਗਾ? ਜਿਹੜਾ ਸਾਡਾ 18 ਤੋਂ ਬਾਅਦ ਜੁਆਇੰਟ ਫੋਰਮ ਦੇ ਅਧੀਨ ਜਿਹੜਾ ਵਾ, ਅਸੀਂ 17-18 ਨੂੰ ਵੀ ਛੁੱਟੀ ਭਰ ਦਿੱਤੀ ਗਈ ਆ। ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੁਆਇੰਟ ਫੋਰਮ ਦੇ, ਪੂਰਾ ਮੁਲਾਜ਼ਮਾਂ ਦਾ ਦਬਾਅ ਆ ਉੱਪਰ ਦੇ ਲੀਡਰਾਂ 'ਤੇ, ਭਾਵੇਂ ਬਲੈਕ ਆਊਟ ਕਰਨਾ ਪਵੇ, ਭਾਵੇਂ ਸਾਨੂੰ ਲੰਬੀ ਛੁੱਟੀ 'ਤੇ ਜਾਣਾ ਪਵੇ, ਭਾਵੇਂ ਸੜਕਾਂ ਰੋਕਣੀਆਂ ਪੈਣ, ਜੋ ਵੀ ਸਾਨੂੰ ਐਕਸ਼ਨ ਦੇਣਗੇ ਮੁਲਾਜ਼ਮ ਪੂਰੇ ਹੀ ਉਹ ਐਕਸ਼ਨ ਦੇ ਉੱਤੇ ਖੜ੍ਹੇ ਉਤਰਨਗੇ। ਔਰ ਮੁਲਾਜ਼ਮ ਚਾਹੁੰਦੇ ਆ ਵੀ ਜਿੰਨਾ ਚਿਰ ਸਾਡੇ ਕੋਲ ਸਰਕਲਰ ਨਾ ਦੇਣ, ਲਾਰਿਆਂ ਦੇ ਵਿੱਚ ਸਾਡੀ ਜਿਹੜੀ ਆ ਛੁੱਟੀ ਗਾਂਹ ਨਾ ਕੀਤੀ ਜਾਵੇ, ਲੈ ਕੇ ਸਰਕਲਰ ਜਾਰੀ ਕਰਾ ਕੇ ਫਿਰ ਇਹਨੂੰ ਜਿਹੜਾ ਵਾ ਉਹਨੂੰ ਗਾਂਹ ਜਾਂ ਰੱਦ ਕੀਤਾ ਜਾਵੇ, ਨਹੀਂ ਤਾਂ ਜਿੰਨਾ ਵੀ ਚਿਰ ਅਸੀਂ ਵਿਸ਼ਵਾਸ ਦਿਉਣੇ ਜੁਆਇੰਟ ਫੋਰਮ ਦੇ ਲੀਡਰਾਂ ਨੂੰ, ਸਮੂਹ ਜਥੇਬੰਦੀਆਂ ਨੂੰ, ਵੀ ਜੋ ਵੀ ਐਕਸ਼ਨ ਦੇਣਗੇ ਉਹ 'ਤੇ ਇਨ ਬਿਨ ਪਾਲਣਾ ਹੋਊਗੀ। ਜਿੱਦਾਂ ਅਸੀਂ ਕੱਲ੍ਹ ਵੀ ਗੇਟ ਘੇਰਿਆ ਪਟਿਆਲੇ ਜਾ ਕੇ, ਅੱਜ ਸਾਡੇ ਸਰਕਲ ਡਿਊਟੀ ਲੱਗੀ ਆ, ਸਾਰੇ ਸਾਥੀ ਵੇਖ ਲਓ ਡਿਵੀਜ਼ਨ ਦੇ ਵਿੱਚ ਕੋਈ ਨਹੀਂ, ਸਰਕਲ ਦੇ ਵਿੱਚ ਕੋਈ ਨਹੀਂ ਗੇ, ਇੱਕਾ ਦੁੱਕੀ ਸਾਥੀ ਹੋਣਗੇ, ਉਹ ਵੀ ਜਿਹੜੇ ਆ ਕਿਸੇ ਮਜਬੂਰੀ ਕਰਕੇ ਆ, ਕਿਸੇ ਦੀ ਪ੍ਰਮੋਸ਼ਨ ਜਾਂ ਕੋਈ ਮੰਨ ਲਓ ਰਿਟਾਇਰਮੈਂਟ 'ਤੇ ਆ, ਜੇ ਨਾ ਕੀਤਾ ਅਗਲੇ 1-2 ਦਿਨਾਂ ਸਾਡੇ ਬਾਕੀ ਜਿਹੜੀਆਂ ਭਰਾਤਰੀ ਜਥੇਬੰਦੀਆਂ ਰਹਿ ਗਈਆਂ ਉਹਨਾਂ ਨੂੰ ਅਸੀਂ ਅਪੀਲ ਕੀਤੀ ਆ, ਉਹ ਵੀ ਆ ਰਹੀਆਂ। ਫਿਰ ਸਮੁੱਚਾ ਹੀ ਜਿਹੜਾ ਵਾ ਬਿਜਲੀ ਬੋਰਡ ਦੇ ਸਬਸਟੇਸ਼ਨਾਂ ਤੱਕ, ਜਿੱਦਾਂ ਸਬਸਟੇਸ਼ਨ ਐਸੋਸੀਏਸ਼ਨ ਨੇ ਬੜਾ ਵੱਡਾ ਫੈਸਲਾ ਲਿਆ ਵਾ, ਉਹਨਾਂ ਸਬਸਟੇਸ਼ਨ ਛੱਡ ਕੇ ਬਾਹਰ ਹੋ ਗਏ ਆ, ਜਿਹੜੇ ਫੀਟਰ ਬੰਦ ਵਾ ਸਪਲਾਈ ਪ੍ਰਭਾਵਿਤ ਹੋ ਰਹੀ ਆ। ਜੇ ਕੋਈ ਇਹ ਛੁੱਟੀ ਦਰਮਿਆਨ ਕੋਈ ਨੁਕਸਾਨ ਹੁੰਦਾ ਬਿਜਲੀ ਇੰਸਟਰੂਮੈਂਟ ਜਾਂ ਟ੍ਰਾਂਸਫਾਰਮਰ ਦਾ, ਇਹ ਸਾਰੀ ਗੰਦੀ ਮੈਨੇਜਮੈਂਟ ਜ਼ਿੰਮੇਵਾਰ ਹੋਊਗੀ, ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੁੰਦਾ ਇਹ ਵੀ ਗੰਦੀ ਮੈਨੇਜਮੈਂਟ ਜ਼ਿੰਮੇਵਾਰ ਹੋਊਗੀ। ਇਹ ਕੈਪਟਨ ਦੇ ਪਹਿਲੇ ਬੰਦੇ ਲਾਏ ਹੋਏ ਆ, ਇਹ ਸਰਕਾਰ ਨੂੰ ਵੋਟਾਂ ਨਹੀਂ ਲੈ ਕੇ ਦੇਣੀਆਂ ਚਾਹੁੰਦੇ, ਇਹ ਕੈਪਟਨ ਦੇ ਸਾਰੇ ਦੇ ਜਿਹੜੀਆਂ ਮੁਲਾਜ਼ਮਾਂ ਦੀ ਖੱਜਲ ਖਰਾਬੀ ਕਰ ਰਹੇ ਆ, ਤਾਂ ਕਿ ਜਿਹੜੀ ਇਹ ਨਵੀਂ ਸਰਕਾਰ ਆ ਗਈ
ਜੇ ਇਹਨਾਂ ਅਫਸਰ ਨੂੰ ਹਟਾ ਕੇ ਨਵੇਂ ਅਫਸਰ ਜਿੱਦਾਂ ਸੀ ਐਮ ਪੀ ਸਨਾਰ ਕੇ ਜਿਹੜੀਆਂ ਮੁਲਾਜ਼ਮਾਂ ਨੇ ਪ੍ਰਮੋਸ਼ਨ ਰੁਕੀਆਂ ਵਾ ਰੋਕੀਆਂ ਪਈਆਂ, ਇੱਕ ਏਲਮ ਦੀ ਪ੍ਰਮੋਸ਼ਨ ਤਰਨ ਤਾਰਨ ਸਰਕਲ 'ਚ ਹੋ ਜਾਂਦੀ ਸੀ, ਉਹ ਵੀ ਇਹਨਾਂ ਨੇ ਪਟਿਆਲੇ ਆਪਣੇ ਹੱਥ ਲੈ ਲਈ ਆ, ਇੱਥੋਂ ਪਰਮਿਸ਼ਨ ਲੈਣ ਲਈ ਭੇਜੀ ਦੀ ਮਹੀਨਾ ਮਹੀਨਾ ਪਰਮਿਸ਼ਨ ਨਹੀਂ ਦਿੰਦੇ, ਇਹ ਕਰਕੇ ਸਰਕਾਰ ਦੇ ਰੋਸ ਵਧਾ ਰਹੇ ਆ। ਇਹ ਤੁਰੰਤ ਜਿਹੜੇ ਆ ਵੱਡੇ ਅਧਿਕਾਰੀ ਉੱਤੇ ਮੈਨੇਜਮੈਂਟ ਦੇ ਬਦਲ ਕੇ ਨਵੇਂ ਲਾਉਣੇ ਚਾਹੀਦੇ ਆ, ਜਿਹੜੇ ਚੰਗੇ ਯੂਨੀਵਰਸਿਟੀਆਂ ਨੂੰ ਡੀਲ ਕਰਦੇ ਆ ਔਰ ਜਿਹੜਾ ਇਹਦਾ ਹੱਲ ਨਿਕਲ ਸਕੇ। ਇਸ ਤਰ੍ਹਾਂ ਤਰਨ ਤਾਰਨ ਦੇ ਬਿਜਲੀ ਵਿਭਾਗ ਦੇ ਮੁਲਾਜ਼ਮ ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਜੋ ਪੰਜਾਬ ਸਰਕਾਰ ਵੱਲੋਂ ਅਧਿਕਾਰ ਮੁਲਾਜ਼ਮਾਂ ਦੀਆਂ ਅਧਿਕਾਰ ਦੀਆਂ ਤਨਖਾਹਾਂ ਲੈ ਕੇ ਜੋ ਕਿ ਪਹਿਲਾਂ ਪਰ ਮੰਗਾਂ ਮੰਨੀਆਂ ਗਈਆਂ ਸੀ ਉਹ ਮੰਗਾਂ ਹਾਲੇ ਤੱਕ ਮੰਨੀਆਂ ਨਹੀਂ ਜਾ ਰਹੀਆਂ। ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਜੋ ਅਧਿਕਾਰੀ ਮੁਲਾਜ਼ਮਾਂ ਨੇ ਛੁੱਟੀਆਂ ਲਈਆਂ ਨੇ ਉਹ ਛੁੱਟੀਆਂ ਲੈਣ ਤੋਂ ਬਾਅਦ ਕਿ ਇਹਨਾਂ ਨੇ ਮੰਗਾਂ ਮੰਨੀਆਂ ਨੇ, ਅਗਰ ਨਹੀਂ ਮੰਨੀ ਤਾਂ ਅਗਲਾ ਐਕਸ਼ਨ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਤਰਨ ਤਾਰਨ ਤੋਂ ਪਵਨ ਕੁਮਾਰ, ਪੰਜਾਬੀ ਲੋਕ ਚੈਨਲ।